ਸਰਕਾਰਾਂ ਦੀਆਂ ਵੀ ਗਲਤ ਨੀਤੀਆਂ ਦੇ ਕਾਰਨ ਕਿਸਾਨ ਜਿੰਨੇ ਹੈਗੇ ਲਗਾਤਾਰ ਖੁਦਕੁਸ਼ੀਆਂ ਕਰਨ ਨੂੰ ਜਿਹੜੇ ਇੱਕ ਮਜਬੂਰ ਨੇ ਪਰ ਉੱਥੇ ਜੇ ਗੱਲ ਕਰੀਏ ਤਾਂ ਕੁਦਰਤ ਦੀ ਤਾਂ ਕੁਦਰਤ ਦਾ ਜਿਹੜਾ ਹੈ ਕਿ ਸਵਾਰ ਜਿਹੜਾ ਹੈ ਕਹਿਰ ਜਿਹਦਾ ਕਿਸਾਨਾਂ ਦੇ ਉੱਪਰ ਜਿਹੜਾ ਟਾਇਆ ਜਾ ਰਿਹਾ ਤੁਹਾਨੂੰ ਤਸਵੀਰਾਂ ਪਿੱਛੇ ਦਿਖਾਉਣੇ ਇੱਕ ਵਾਰ ਤੁਸੀਂ ਤਸਵੀਰਾਂ ਦੇਖ ਸਕਦੇ ਇਹ ਕਣਕ ਦੀ ਫਸਲ ਹੈ ਜਿਹੜੇ ਫਿਰੋਜ਼ਪੁਰ ਦੇ ਵਿੱਚ ਬਸਤੀਪਾਨੇ ਵਾਲੇ ਪਿੰਡ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਇੱਥੋਂ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਕਣਕ ਇਸ ਤਰ੍ਹਾਂ ਇਸ ਸਮੇਂ ਬਰਬਾਦ ਜਿਹੜੀ ਹੋ ਚੁੱਕੀ ਹੈਗੀ ਇਹ ਕੱਲ ਰਾਤ ਮੀਂਹ ਤੇ ਹਨੇਰੀ ਦੇ ਕਾਰਨ ਫਸਲ ਜਿਹੜੀ ਪਹੁੰਚੀ ਹੋਈ ਸੀ ਕਿਸਾਨਾਂ ਦੇ ਵੱਲੋਂ ਜਿਹੜੀ ਕਿ ਲਗਾਤਾਰ ਜਿਹੜੀ ਮਿਹਨਤ ਕਰਕੇ ਇਹ ਆਪਣੀ ਜਿਹੜੀ ਫਸਲ ਪਾਲੀ ਗਈ ਸੀਗੀ ਪਰ ਉਸ ਤੋਂ ਬਾਅਦ ਦੇ ਵਿੱਚ ਕੁਦਰਤ ਦਾ ਕਰੋਪ ਜਿਹੜਾ ਐਸਾ ਆਉਂਦਾ ਹੈ ਕਿ ਫਸਲ ਜਿਹੜੀ ਕਿ ਬਰਬਾਦ ਹੋ ਜਾਈ ਨਹੀਂ ਇਸ ਸਬੰਧ ਦੇ ਵਿੱਚ ਸਾਡੇ ਨਾਲ ਕਿਸਾਨ ਨੇ ਉਹ ਨਾਲ ਗੱਲਬਾਤ ਕਰਾਂਗੇ ਉਹ ਤਾਂ ਕਿਸ ਤਰ੍ਹਾਂ ਦੇਖਦੇ ਜੇ ਕਣਕ ਜਿਹੜੀ ਬਰਬਾਦ ਹੋ ਚੁੱਕੀ ਹੈ ਤੁਸੀਂ ਫਸਲ ਜਿਹੜੀ ਕਿ ਪਾਲੀ ਵੀ ਹੈਗੀ ਸੀਗੀ ਅੱਜ ਡਿੱਗੀ ਪਈ ਹੈ ਇਹਦੇ ਨਾਲ ਕਿੰਨਾ ਕੁ ਨੁਕਸਾਨ ਹੋਏਗਾ ਸਰ ਤੁਹਾਡੇ ਸਾਹਮਣੇ ਨੁਕਸਾਨ ਤੁਹਾਡੇ ਸਾਹਮਣੇ ਹੀ ਹੈ ਸਰ ਪੀ 6 ਮਹੀਨੇ ਹੋ ਗਏ ਆ ਪੀ ਆਪਣੀ ਜਮਾ ਪੂੰਜੀ ਆਸੀਂ ਪੀ ਤੇ ਲਗਾਉਨੇ ਆ ਫਸਲ ਤੇ ਤੇ ਜਦੋਂ ਪੱਕਣ ਦੇ ਕਿਨਾਰੇ ਆਉਂਦੀ ਆ ਤੇ ਕੁਦਰਤ ਵੱਲੋਂ ਕਹਿਰ ਦੇ ਰਹੇ ਆ ਤੁਸੀਂ ਦੇਖ ਸਕਦੇ ਹੋ 50% ਤੱਕ ਫਸਲ ਬਰਬਾਦ ਹੋ ਚੁੱਕੀ ਹੈ ਅੱਛਾ ਇਹਦੇ ਨਾਲ ਜੇ ਮੰਨ ਲਓ 50% ਫਸਲ ਖਰਾਬ ਹੋ ਗਈ ਹੈ ਫਸਲ ਤਾਂ ਆਪਾਂ ਕਹਿੰਦੇ ਨਾਲ ਜੀ ਘਟ ਨਿਕਲਿਆ ਹੋਰ ਇਹਦੇ ਨਾਲ ਕੀ ਨੁਕਸਾਨ ਹੁੰਦਾ ਹੈ ਸਰ ਦੇਖਿਆ ਜਾਵੇ ਤੇ ਪਸ਼ੂਆਂ ਵੱਲ ਵੀ ਸਾਡਾ ਨੁਕਸਾਨ ਹੁੰਦਾ ਹੈ ਵੀ ਦੇਖੀਏ ਵੀ ਹੁਣ ਫਸਲ ਡਿੱਗ ਗਈ ਹੈ ਤੇ ਇਹਦੀ ਤੁੜੀ ਵੀ ਘੱਟ ਬਣੇਗੀ ਜਿਸ ਤਰ੍ਹਾਂ ਇਹ ਸਾਨੂੰ ਮਤਲਬ ਪੱਠੇ ਹਰਿਆਚਾਰਾ ਵੀ ਜ਼ਿਆਦਾ ਬੀਜਣਾ ਪਵੇਗਾ ਇਸ ਇਸ ਵਜਲ ਸਾਨੂੰ ਮਤਲਬ ਫਸਲ ਦੀ ਜਿਹੜੀ ਪੀ ਜ਼ਮੀਨ ਹੈ ਉਹ ਹੋਰ ਘਟੇਗੀ ਤੇ ਜੇਕਰ ਵੀ ਅਸੀਂ ਪੀ ਦੁੱਧ ਜਾਂ ਪਸ਼ੂਆਂ ਦੀ ਇਹ ਵੀ ਗੱਲ ਕਰੀਏ ਤੇ ਉਧਰੋਂ ਵੀ ਆਪਾਂ ਪੀ ਕੋਈ ਖਾਸ ਮੁੱਲ ਨਹੀਂ ਤੇ ਦੁੱਧ ਆ ਮਿਲ ਰਿਹਾ ਤੇ ਹੋਰ ਵੀ ਇਹ ਪੀ ਆ ਜੇਕਰ ਫਸਲ ਦੀ ਆ ਕੋਈ ਰੇਟ ਹੈ ਪੀ ਉਹ ਵੀ ਸਰਕਾਰੀ ਰੇਟ ਕੋਈ ਖਾਸ ਪੀ ਨਹੀਂ ਹੈ ਮਿਲਦਾ ਪਿਆ ਜਿਸ ਕਰਕੇ ਪੀ ਅੱਜ ਦੇ ਯੂਥ ਜੋ ਨੌਜਵਾਨ ਪੀੜ੍ਹੀ ਹੈ ਉਹ ਬਾਹਰ ਜਾਣ ਲਈ ਮਜਬੂਰ ਹੈ ਤੁਸੀਂ ਦੇਖ ਸਕਦੇ ਹੋ ਪੀ ਅੱਜ ਕੱਲ ਪੀ ਐਮਬੀਏ ਐਮਏ ਬੀਏ ਬੀਐਡ ਕਰਕੇ ਵੀ ਸਾਨੂੰ ਪੀ ਜੀ ਅਸੀਂ ਚਪੜਾਸੀ ਦੀ ਨੌਕਰੀ ਤੱਕ ਹੀ ਲੱਗਣਾ ਹੈ ਤੇ ਸਾਨੂੰ ਬਾਹਰ ਜਾਈਏ ਤੇ ਸਾਨੂੰ ਮਤਲਬ ਆਪਣੀ ਮਿਹਨਤ ਦਾ ਮੁੱਲ ਮਿਲਦਾ ਇਸ ਕਰਕੇ ਪੀ ਅੱਜ ਦਾ ਯੂਥ ਬਾਹਰ ਵੱਲ ਨੂੰ ਵੀ ਜਿਆਦਾ ਜਾ ਰਿਹਾ ਹੈ ਤੇ ਜੇ ਗੱਲ ਆਪਾਂ ਕਰਦੇ ਆ ਸਰਕਾਰਾਂ ਦੀ ਸਰਕਾਰਾਂ ਦੇ ਵੱਲੋਂ ਵੀ ਬڑے بڑے بڑے ਦਾਅਵੇ ਕੀਤੇ ਜਾਂਦੇ ਆ ਆਮ ਆਦਮੀ ਪਾਰਟੀ ਸਰਕਾਰ ਕਰੀ ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਅਸੀਂ ਹਰੇਕ ਆਮ ਫਸਲਾਂ ਦੇ ਜਿਹੜਾ ਐਮ ਐਸ ਪੀ ਦੇਵਾਂਗੇ ਜਿਸ ਤਰ੍ਹਾਂ ਅਨਮੋਲ ਗਗਨ ਮਾਨ ਜਿਹੜੀ ਹੈਗੀ ਹੈ ਕੈਬਨਰ ਮੰਤਰੀ ਵੀ ਉਹਦੇ ਵੱਲੋਂ ਵੀ ਕਿਹਾ ਜਾਂਦਾ ਸੀਗਾ ਜੇ ਸਰਕਾਰਾਂ ਦੇ ਵੱਲੋਂ ਹਰੇਕ ਫਸਲ ਤੇ ਆਪਾਂ ਨੂੰ ਐਮ ਐਸ ਪੀ ਮਿਲੇ ਤੇ ਕਿਸਾਨਾਂ ਦਾ ਜਿਹੜਾ ਕਿ ਫਸਲ ਇਹਨਾਂ ਵਾਸਤੇ ਧਿਆਨ ਦੁੱਤ ਘੱਟ ਦਿੱਤਾ ਜਾਵੇਗਾ ਫਾਇਦਾ ਹੋਏਗਾ ਕਿਸਾਨਾਂ ਨੂੰ ਸਰ ਉਹ ਮਿਲਣ ਤੇ ਆਣਾ ਵੀ ਜੇ ਮਿਲੇ ਤਾਂ ਹੈ ਨਾ ਵੀ ਸਰ ਉਹਨਾਂ ਵਾਅਦਾ ਕਦੋਂ ਦਾ ਕੀਤਾ ਹੈ ਕਦੋਂ ਦੀ ਸਰਕਾਰ ਬਣੀ ਹੈ ਸਰ ਅਜੇ ਤੱਕ ਤਾਂ ਐਮਐਸਪੀ ਤਾਂ ਲਾਗੂ ਨਹੀਂ ਹੋਇਆਗਾ ਵੀ ਜੇਕਰ ਮਿਲੇ ਤੇ ਚਲੋ ਫਾਇਦਾ ਤਾਂ ਹੈ ਆ ਵੀ ਜੇਕਰ ਹਰੇਕ ਫਸਲ ਦਾ ਪੱਕਾ ਰੇਟ ਮਿਲੇ ਤੇ ਪੱਕਾ ਰੇਟ ਮਿਲਣ ਤੇ ਕਿਹੜੀ ਚੀਜ਼ ਦਾ ਵੀ ਫਾਇਦਾ ਨਹੀਂ ਹੁੰਦਾਗਾ ਜੇਕਰ ਕਿਸਾਨਾਂ ਨੂੰ ਆਪਣੀ ਫਸਲ ਦਾ ਪੱਕਾ ਰੇਟ ਵਧੀਆ ਰੇਟ ਮਿਲਦਾ ਹੈ ਤੇ ਉਹ ਕਿਉਂ ਨਹੀਂ ਕਿਸਾਨੀ ਵੱਲ ਆਉਣਗੇ ਇਹ ਸਾਨੂੰ ਨੌਜਵਾਨਾਂ ਨਾਲ ਗੱਲਬਾਤ ਕੀਤੀ ਜਿੰਦੇ ਦੇ ਵੱਲ ਦੱਸਿਆ ਜਾਂਦਾ ਹੈ ਕਿ ਇਸ ਚੀਜ਼ ਦੇ ਨਾਲ ਕਾਫੀ ਜਣਾ ਨੁਕਸਾਨ ਜਿਹੜਾ ਕਿ ਚੱਲਣਾ ਪੈਗਾ ਸਾਡੇ ਨਾਲ ਹੋਰ ਵੀ ਇੱਕ ਇਥੇ ਨੌਜਵਾਨ ਮੌਜੂਦ ਹੈਗੇ ਨੇ ਜਿਹੜੇ ਖੇਤੀ ਵੀ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਜੇ ਫਸਲ ਜਿਹੜੀ ਕੋਈ ਪੱਕੀ ਹੋਈ ਹੈ ਕਿ ਕੀ ਕੀ ਹੋਣ ਜਿਹੜਾ ਫਸਲ ਘੱਟ ਵੀ ਨਿਕਲੇਗੀ ਇਹ ਸਰ ਜੀ 50% ਫਸਲ ਆਪਣੀ ਖਤਮ ਹੋ ਚੁੱਕੀ ਹੈ ਜੀ ਇਹ ਮੀਂਹ ਕਰਨ ਸਾਨੂੰ ਪਹਿਲਾ ਨੰਬਰ ਦਾ ਯੂਰੀਆ ਵੇਖੋ ਅਸੀਂ ਜਦੋਂ ਲਿਆ ਉਦੋਂ ਵੀ ਅਸੀਂ ਲੈਣਾ ਹੈ ਅਲੱਗ-ਅਲੱਗ ਕੇ ਆਧਾਰ ਕਾਰਡ ਦਿੱਤੇ ਫਿਰ ਸਾਨੂੰ ਯੂਰੀਆ ਮਿਲਿਆ ਇਹ ਉਹ ਪਹਿਲੇ ਵਾਲੇ ਸਮੇਂ ਦੇ ਵਿੱਚ ਆਪਾਂ ਰਾਸ਼ਨ ਦਾ ਘਰ ਦਾ ਵੇਖਦੇ ਸਾਂ ਵੀ ਆਪਾਂ ਨੂੰ ਰਾਸ਼ਨ ਕਾਰਡ ਤੇ ਮਿਲਦਾ ਪਰ ਹੁਣ ਵਾਲੀਆਂ ਸਰਕਾਰ ਦੀਆਂ ਨੀਤੀਆਂ ਨੇ ਇਹੋ ਜਿਹਾ ਕੰਮ ਕਰਤਾ ਵੀ ਸਾਨੂੰ ਯੂਰੀਆ ਵੀ ਆਦੇਹਾਰ ਕੜਨਾ ਲੈਣਾ ਪੈਂਦਾ ਇਤੋਂ ਤਿੱਕਰ ਕੇ ਦੂਸਰਾ ਨੰਬਰ ਮਸੀਂ ਡੇਰੀ ਫਾਰਮ ਦਾ ਕੰਮ ਕਰਦੇ ਹਾਂ ਸਰ ਨਾਲ ਸਾਡੇ ਕੋਲ ਹਰੇ ਘਰ ਕੋਲੇ ਕੋ ਪੰਜ ਪੰਜ 7 7 ਪਸ਼ੂ ਆ ਇਹਦੇ ਇਹਨੇ ਕਾਰਨ ਸਾਨੂੰ ਦੋ ਦੋ ਤਿੰਨ ਤਿੰਨ ਕਨਾਲਾਂ ਪਸ਼ੂਆਂ ਦੇ ਹਿਸਾਬ ਤੇ ਵੀ ਸਾਨੂੰ ਹੋਰ ਪੱਠੇ ਵਧ ਬੀਜਨੇ ਪੈਣਗੇ ਤੇ ਇਹ ਜਾਨੀ ਕਿ ਤੂੜੀ ਬਿਲਕੁਲ ਪਾਜੀ ਇਹਦੇ ਨਾਲ ਘਟ ਗਈ ਹੈ ਜੀ ਇਹ ਜਿਹੜੀ ਹੁਣ ਕਣਕ ਟੁੱਟ ਚੁੱਕੀ ਏ ਇਹ ਤੂੜੀ ਅੱਧੀ ਨਿਕਲੇਗੀ ਇਹ ਸਰ ਜੀ ਇਹ ਤਾਂ ਬਹੁਤ ਹੁਣ ਕੁਝ ਸਰਕਾਰਾਂ ਵੀ ਦਾਬੂ ਹੋ ਗਈਆਂ ਨੇ ਤੇ ਕੁਝ ਜਾਨੀ ਕਿ ਰੱਬ ਦੀ ਕਰੋਪੀ ਹੋ ਗਈ ਹੈ ਜੀ ਇਹ ਬਹੁਤ ਨੁਕਸਾਨ ਹੋਇਆ ਜੀ ਤੇ ਸਾਡੇ ਹੋਰ ਵੀ ਕਿਸਾਨ ਜਿਹੜੇ ਮੌਜੂਦ ਹਨ ਨਾਲ ਗੱਲਬਾਤ ਪਰ ਨੌਜਵਾਨ ਜਿਹੜਾ ਕਿਸਾਨ ਮੌਜੂਦ ਹੈ ਜਿਹੜਾ ਕਿ ਲਗਾਤਾਰ ਖੇਤੀ ਵੀ ਕਰ ਰਿਹਾ ਹੈ ਪਸ਼ੂ ਵੀ ਪਾਲਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਅਮਰਿੰਦਰ ਕਿਸ ਤਰ੍ਹਾਂ ਦੇਖਦੇ ਜੀ ਇਸ ਚੀਜ਼ ਦੇ ਨਾਲ ਕੀ ਕੀ ਨੁਕਸਾਨ ਹੋਣਗੇ ਫਸਲ ਜਿਹੜੀ ਹੁੰਡ ਗਈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਇਹ ਜਿਹੜਾ ਕੁਦਰਤੀ ਕਹਿਰ ਹੋਇਆ ਹੈ ਇਹਦੇ ਨਾਲ ਕਿਸਾਨ ਦਾ ਨੁਕਸਾਨ ਤਾਂ ਮੰਨ ਲਓ ਘੱਟੋ ਘੱਟ 85% ਹੋ ਗਿਆ ਵੇਖੋ ਨਾ ਜਿਹੜੀ ਸਾਰੀ ਇਹ ਫਸਲ ਤਹਿਸ ਨਹਿਸ ਹੋ ਗਈ ਏ ਤੇ ਚਲੋ ਜੋ ਕੁਦਰਤ ਦੇ ਅੱਗੇ ਕੋਈ ਕਿਸਾਨ ਲੜ ਨਹੀਂ ਸਕਦਾ ਕੁਦਰਤ ਤਾਂ ਪਹਿਲਾਂ ਕਿਸਾਨ ਤਾਂ ਪਹਿਲਾਂ ਹੀ ਬਥੇਰਾ ਦਾਬੂ ਏ ਜੀ ਹਰੇਕ ਚੀਜ਼ ਮਹਿੰਗੀ ਏ ਡੀਏਪੀ ਮਹਿੰਗੀ ਏ ਯੂਰੀਆ ਮਹਿੰਗੀ ਏ ਜਿਵੇਂ ਡੀਏਪੀ ਨਕਲੀ ਵੀ ਆਈ ਏ ਉਹਨਾਂ ਨਾਲ ਸਾਨੂੰ ਇਹ ਅੱਗੇ ਡੀਏਪੀ ਵੀ ਵੱਧ ਪਾਣੀ ਪਈ ਦੋ ਦੋ ਤਿੰਨ ਤਿੰਨ ਬੋਰੀਆਂ ਡੀਏਪੀ ਪਾਉਣੀ ਪਈ ਗਈ ਤੇ ਚਲੋ ਹੁਣ ਇਹ ਸਾਰਾ ਖਰਚਾ ਕੀਤਾ ਸੀ ਫਸਲ ਸਿਰੇ ਤੇ ਆਈ ਸੀ ਇਹ ਮੀਂਹ ਸੀ ਚਲੋ ਵੀ ਜਿਹੜੇ ਪਿਛਲੇ ਲੈਣੇ ਦੇਣੇ ਉਹ ਸਾਰੇ ਲਾ ਲਾਂਗੇ ਤੇ ਗਾਂ ਨਵੀਂ ਫਸਲ ਬੀਜਾਂਗੇ ਚਲੋ ਕੋਈ ਬੱਚਿਆਂ ਦਾ ਢਿੱਡ ਭਾਲ ਲਾਂਗੇ ਕਰਾਂਗੇ ਪਰ ਇਹ ਜਿਹੜਾ ਕੁਦਰਤੀ ਕਹਿ ਨੇ ਇਸ ਟਾਈਮ ਜਿਹੜੀ ਸਾਰੀ ਫਸਲ ਬਰਬਾਦ ਕਰਤੀ ਹੈ ਗੱਲਾਂ ਕਰਕੇ ਸਰਕਾਰਾਂ ਦੀ ਸਰਕਾਰਾਂ ਦੇ ਵੱਲੋਂ ਐਸੋ ਕੀਆ ਗਿਆ ਸੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਓ ਸੀ ਹੈਪੀ ਸੀਡਰ ਨਾਲ ਕੀ ਕਣਕਾਂ ਦਾ ਕੋਈ ਫਰਕ ਹੈ ਹੈਪੀ ਸੀਡਰ ਵਾਲੀਆਂ ਜਿਹੜੀਆਂ ਬਚੀਆਂ ਨੇ ਜਾਂ ਕਿਸ ਤਰ੍ਹਾਂ ਨੁਕਸਾਨ ਉਹਨਾਂ ਦਾ ਵੀ ਹੋਇਆ ਹਾਂਜੀ ਵੀਰ ਜੀ ਵੇਖੋ ਜੇ ਤਾਂ ਅੱਗੇ ਅਸੀਂ ਅੱਗ ਲਾ ਕੇ ਜੀਰੋ ਡ੍ਰਿਲ ਨਾਲ ਕੇਰਦੇ ਸੀ ਜਾਂ ਇੱਥੇ ਚਲੋ ਇੱਕਾ ਦੁੱਕਾ ਹਜੇ ਵੀ ਕੋਈ ਕਿਸਾਨ ਹੈਗਾ ਜਿਨ੍ਹਾਂ ਨੇ ਜੀਰੋ ਡ੍ਰਿਲ ਨਾਲ ਕੇਰੀ ਏ ਉਹਨਾਂ ਦੀ ਕਿਸੇ ਦੀ ਕੋਈ ਕਣਕ ਨਹੀਂ ਖਰਾਬ ਹੋਈ ਅਸੀਂ 2-2 ਲੱਖ ਰੁਪਈਆ ਲਾ ਕੇ ਸੁਪਰ ਸੀਡਰ ਲਿਆਂਦੇ ਆ ਸੂਪਰ ਸੀਡਰ ਨਾਲ ਬੀਜੀ ਕਣਕ ਸਾਰੀ ਦੀ ਸਾਰੀ ਲੰਮੇ ਪੈ ਗਈ ਜੀ ਅਸੀਂ ਪਰਾਲੀ ਨੂੰ ਆਗ ਨਹੀਂ ਲਾਈ ਪਰਾਲੀ ਵਿੱਚੇ ਵਾਈ ਹੈ ਸਾਡੀ ਸਾਰੀ ਕਣਕ ਖਰਾਬ ਹੋਈ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਜੇ ਅਸੀਂ ਸਰਕਾਰ ਦੇ ਮਗਰ ਲੱਗੇ ਆ ਤੇ ਸਰਕਾਰ ਵੀ ਸਾਡੀ ਬਾਹ ਫੜੇ ਇਹ ਜਿੰਨਾ ਸਾਡਾ ਨੁਕਸਾਨ ਹੋਇਆ ਹੈ ਉਹ ਸਾਡੇ ਨੁਕਸਾਨ ਦੀ ਪੂਰਤੀ ਕਰੇ ਸਰਕਾਰ ਤਾਂ ਜੋ ਕਿ ਅੱਗੇ ਜਿਹੜੀ ਆਉਣ ਵਾਲੀ ਫਸਲ ਹੈ ਉਹਨੂੰ ਅਸੀਂ ਕੋਈ ਬੀਜਣ ਲਈ ਤਿਆਰੀ ਜਾਂ ਆਉਂਦੇ ਵਾਲ ਕੋਈ ਵੇਖ ਸਕੀਏ ਜਿਵੇਂ ਤੁਸੀਂ ਵੇਖ ਲਓ ਵੀ ਹੁਣ ਤਾਂ ਡੀਜ਼ਲ ਹੈ ਡੀਜ਼ਲ ਵੀ 100 ਦੇ ਕਰੀਬ ਹੋ ਚੱਲਿਆ ਤੇ ਡੀਜ਼ਲ ਖਰਚਾ ਹੀ ਨਹੀਂ ਮੰਨ ਲਓ ਅਸੀਂ ਅਗਲੀ ਫਸਲ ਦਾ ਪੂਰਾ ਕਰ ਸਕਦੇ ਸਾਈਂ ਤਾਂ ਇਹ ਸਰਕਾਰ ਤੋਂ ਚਾਹੁੰਦੇ ਆ ਵੀ ਸਰਕਾਰ ਇਹਨਾਂ ਦੀ ਗੁਰਦੌਰੀ ਕਰਾਵੇ ਇਹਨਾਂ ਨੂੰ ਵੇਖੇ ਸਾਨੂੰ ਜੋ ਇਹਦਾ ਜੋ ਨੁਕਸਾਨ ਹੋ ਗਿਆ ਉਹਦੀ ਪੂਰਤੀ ਸਰਕਾਰ ਕਰੇ ਸਾਡੀ ਜੇ ਮੁਆਵਜ਼ੇ ਦੀ ਗੱਲ ਕਰੀਏ ਤੁਸੀਂ ਗੱਲ ਕੀਤੀ ਮੁਆਵਜ਼ਾ ਸਰਕਾਰ ਦੇਵੇ ਕਿ ਮੁਆਵਜ਼ੇ ਜੇ ਪਿੱਛੇ ਜੇ ਗਾਲਾਂ ਕਰਕੇ ਸਰਕਾਰਾਂ ਡੋਬੇ ਹੁੰਦੇ ਮੁਆਵਜ਼ਾ ਨਹੀਂ ਮਿਲਦਾ ਕਿ ਪਟਵਾਰੀਆਂ ਦੇ ਵੱਲੋਂ ਇਹਦੇ ਵਿੱਚ ਵੀ ਪੱਖਪਤੀ ਕੀਤੀ ਜਾਂਦੀ ਹੈ ਜਾਂ ਇੱਕ ਤਰਫਾ ਜਨਮਾਲ ਲਾਗੀ ਉਹ ਕਰਦੇ ਨੇ ਵੇਖੋ ਜੀ ਇਹ ਤਾਂ ਸਰਕਾਰਾਂ ਦੀਆਂ ਗੱਲਾਂ ਨੇ ਜੀ ਮੁਆਵਜ਼ਾ ਨਾ ਤਾਂ ਅੱਜ ਤੱਕ ਕਿਸੇ ਸਰਕਾਰ ਨੇ ਦਿੱਤਾ ਹੈ ਕਹਿ ਛੱਡਦੇ ਨਹੀਂ ਡੋਬੇ ਦਾ ਮੁਆਵਜ਼ਾ ਵੀ ਕਿਹੜਾ ਆਇਆ ਜੀ ਜੇ ਕਿਸੇ ਨੂੰ ਆਇਆ ਉਹ ਤਗੜੇ ਬੰਦੇ ਨੂੰ ਆਇਆ ਜਿੰਦੇ ਨਾਲ ਪਟਵਾਰੀ ਦੀ ਕੋਈ ਮਿਲੀ ਭੁਗਤੇ ਦੂਜਾ ਜਿਹੜਾ ਆਮ ਬੰਦਾ ਜਿਹੜਾ ਮਾੜਾ ਬੰਦਾ ਉਹਨੂੰ ਤਾਂ ਪਟਵਾਰੀ ਲਾਗੇ ਨਹੀਂ ਬਹਿਂ ਦਿੰਦਾ ਜੀ ਤੇ ਮੁਆਵਜ਼ਾ ਸਰਕਾਰਾਂ ਨੇ ਕਿੱਥੋਂ ਦੇਣਾ ਜੀ ਇਹ ਸਨ ਨੌਜਵਾਨ ਕਿਸਾਨ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਫਸਲ ਵੀ ਤੁਹਾਨੂੰ ਅਸੀਂ ਦਿਖਾਈ ਹੈ ਤਸਵੀਰਾਂ ਦੇ ਵਿੱਚ ਕਿ ਕਣਕ ਦਾ ਇਸ ਸਮੇਂ ਕੀ ਹਾਲਾਤ ਕੀ ਨੇ ਕਰੀਬ 70 80% ਜਿਹੜੀ ਕਿ ਕਣਕ ਇਸ ਸਮੇਂ ਬਰਬਾਦ ਹੋ ਚੁੱਕੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਕਾਫੀ ਜਿਹੜਾ ਕਿ ਨੁਕਸਾਨ ਇਸ ਚੱਲਣਾ ਪੈਗਾ ਨਾਲ ਤੂੜੀ ਦੀ ਗੱਲ ਕਰੀਏ ਜਿਸ ਤਰ੍ਹਾਂ ਇਸ ਵਾਰ ਜਿਹੜਾ ਤੂੜੀ 12 1300 ਰੁਪਏ ਤੱਕ ਪਹੁੰਚੀ ਸਵਾਰ ਜਿਹੜਾ ਕਿ ਤੂੜੀ ਦਾ ਵੀ ਨੁਕਸਾਨ ਹੋਵੇਗਾ ਪਰ ਕਿਸਾਨਾਂ ਨੇ ਨਾਲ ਇਹ ਵੀ ਮੰਗ ਕੀਤੀ ਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਇਸ ਵਾਰ ਨਾਰ ਨੂੰ ਅੱਗ ਨਾਲ ਲਾਈ ਜਾਵੇ ਤੇ ਹੈਪੀ ਸੀ ਦੇ ਨਾਲ ਜਿਹੜੀ ਕਿ ਬਜਾਈ ਕੀਤੀ ਜਾਵੇ ਪਰ ਇਹਨਾਂ ਕਿਸਾਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਹੈਪੀ ਸੀਡਰ ਨਾਲ ਜਿਹੜੀ ਬਜਾਈ ਕੀਤੀ ਉਹ ਕਣਕ ਜਿਹੜੀ ਸਾਰੀ ਜਿਹੜੀ ਇਸ ਸਮੇਂ ਜ਼ਿਆਦਾਤਰ ਡਿੱਗੀ ਹੈ ਤੇ ਬਾਕੀ ਦੂਸਰੀ ਇਸੀ ਗੱਲ ਕਰੀਏ ਜਿਸ ਤਰ੍ਹਾਂ ਪਹਿਲਾਂ ਰਵਾਇਤੀ ਤੌਰ ਤੇ ਚੱਲਦਾ ਸੀਗਾ ਜਿਸ ਜ਼ੀਰੋ ਡ੍ਰਿਲ ਦੇ ਨਾਲ ਕਣਕ ਕੇਰੀ ਜਾਂਦੀ ਸੀ ਉਹ ਕਣਕ ਇਸ ਸਮੇਂ ਜਿਹੜੀ ਸਹੀ ਹੈ ਉਹਨਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਅਸੀਂ ਉਹਨਾਂ ਦੀ ਮੰਗ ਜਿਹੜੀ ਮੰਨੀ ਤਾਂ ਸਾਡੀ ਵੀ ਜਿਹੜਾ ਇਸ ਪਾਸੇ ਧਿਆਨ ਦਿੱਤਾ ਜੋ ਕਿ ਸਾਡਾ ਨੁਕਸਾਨ ਹੋਇਆ ਉਸ ਚੀਜ਼ ਦੀ ਜਿਹੜੀ ਕਿ ਪੂਰਤੀ ਕੀਤੀ ਜਾਵੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਪੰਜਾਬ ਟੂਡੇ ਫਰੋ